ਉਹ ਇੱਕ ਅਜਿਹਾ ਮੋਤੀ ਸੀ ਜਿਸ ਦੀ ਆਬ ਤੇ ਚਮਕ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਝੁੰਦਿਆ ਦਿੰਦੀ ਸੀ। ਪਰ ਉਹ ਜੜ ਤੇ ਸਖਤ ਨਹੀਂ ਸਗੋਂ ਸਜੀਵ ਤੇ ਕੋਮਲ ਮੋਤੀ ਸੀ। ਇੱਕ ਸੁਤੰਤਰ ਬਾਦਸ਼ਾਹ ਵਾਂਗ ਉਹ ਅਗੰਮੀ ਖਿਆਲਾਂ ਦੀ ਰਿਆਸਤ ਉੱਤੇ ਰਾਜ ਕਰਦਾ ਸੀ। ਉਹ ਇੱਕ ਕਵੀ ਸੀ। ਉਸਦੀ ਦੌਲਤ ਨਾਲ ਦੁਨੀਆ ਵਰੋਸਾਂਦੀ ਸੀ, ਪਰ ਦੁਨੀਆ ਦੀ ਦੌਲਤ ਉਸਦੇ ਨੇੜੇ ਨਹੀਂ ਸੀ ਫਟਕ ਸਕਦੀ। ਸ਼ਾਇਦ ਇਹੋ ਕਾਰਨ ਹੈ ਕਿ ਤਨ ਦਾ ਨੰਗੇਜ ਟੱਕਣ ਤੇ ਪੇਟ ਦਾ ਟੋਇਆ ਪੂਰਨ ਲਈ ਕਵੀ ਪਾਸ ਜੋ ਸਮਾਨ ਸੀ ਉਹ ਨਾ ਹੋਏ ਵਰਗਾ ਸੀ। ਕਵਿਤਾ ਦੀ ਦੌਲਤ ਨਾਲ ਮਾਲਾਮਾਲ ਹੋ ਕੇ ਜਦ ਉਹ ਝੂਮਦਾ ਹੋਇਆ ਘਰ ਆਉਂਦਾ ਤਾਂ ਉਸਦਾ ਸਵਾਗਤ ਕਰਦੀ ਸੀ ਪਾਟਿਆਂ ਚੀਥੜਿਆਂ ਵਾਲੀ ਇੱਕ ਸਤਵੰਤੀ ਤੇ ਮਰੀਅਲ ਜਿਹੇ ਅੱਧ ਨੰਗੇ ਦੋ ਬਾਲਕ। ਕੱਚੀਆਂ ਕੰਧਾਂ ਧੁਆਂਖਿਆ ਹੋਇਆ ਕਮਰਾ ਜਿਸ ਵਿੱਚ ਦੀ ਹਰ ਚੀਜ਼ ਉੱਤੇ 12 ਮਹੀਨੇ ਗਰੀਬੀ ਤੇ ਨਰਾਸਤਾ ਦੀ ਪਤਝੜ ਛਾਈ ਰਹਿੰਦੀ ਸੀ, ਉਸ ਬਾਦਸ਼ਾਹ ਦਾ ਰਾਜ ਮਹੱਲ ਸੀ। ਇੱਥੋਂ ਹੀ ਉਸ ਨੂੰ ਨਿੱਤ ਨਵੇਂ ਤੋਂ ਨਵੇਂ ਖਿਆਲ ਦੇ ਡੂੰਘੇ ਤੋਂ ਡੂੰਘੇ ਭਾਵ ਪ੍ਰਾਪਤ ਹੁੰਦੇ ਸਨ। ਪੱਥਰ ਕੰਬਾਊ ਤੇ ਦਿਲ ਤੜਪਾਊ ਕਵਿਤਾਵਾਂ ਦਾ ਨਿਕਾਸ ਇਸੇ ਮਹੱਲ ਵਿਚਲੀ ਕਿਸੇ ਨਾ ਕਿਸੇ ਚੀਜ਼ ਤੋਂ ਹੁੰਦਾ ਸੀ। ਕਈਆਂ ਦਿਨਾਂ ਤੋਂ ਉਸਨੇ ਇੱਕ ਡਰਾਮਾ ਲਿਖਣਾ ਪਾਇਆ ਹੋਇਆ ਸੀ, ਜਿਸ ਨੂੰ ਲਿਖਣ ਲਈ ਉਹ ਰੋਜ਼ ਸਵੇਰੇ ਉੱਠ ਕੇ ਦੂਰ ਖੇਤਾਂ ਵਿੱਚ ਚਲਾ ਜਾਂਦਾ ਸੀ। ਡਰਾਮੇ ਦਾ ਛੇਕੜਲਾ ਅੰਕ ਪੂਰਾ ਕਰਕੇ ਉਹ ਸੜਕੋ ਸੜਕ ਤੁਰਿਆ ਜਾਂਦਾ ਸੀ ਤੇ ਆਪਣੀ ਲਿਖਤ ਨੂੰ ਘੜੀ ਮੁੜੀ ਘੋਖਦਾ ਜਾਂਦਾ ਸੀ। ਉਸ ਨੂੰ ਆਪਣਾ ਆਪ ਧਰਤੀ ਤੋਂ ਉਤਾਂਹ ਉੱਡਦਾ ਜਾਪਦਾ। ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਉਹ ਖੀਸੇ 'ਚੋਂ ਰੁਮਾਲ ਕੱਢ ਕੇ ਅੱਖਾਂ ਪੂੰਝਣ ਲੱਗ ਪੈਂਦਾ। ਵਿੱਚ ਵਿੱਚ ਉਸਨੂੰ ਖਿਆਲ ਆਉਂਦਾ ਕਿ ਇਹ ਮੇਰਾ ਹੀ ਲਿਖਿਆ ਹੋਇਆ ਹੈ। ਕਿਤਨਾ ਦਰਦ ਭਰਿਆ ਪਲਾਟ ਤੇ ਫਿਰ ਇਤਨੀ ਛੇਤੀ ਸਿਰੇ ਚੜ੍ਹ ਗਿਆ। ਉਸਨੂੰ ਜੇ ਹੀਰਿਆਂ ਦੀ ਖਾਣ ਲੱਭ ਪੈਂਦੀ ਤਾਂ ਵੀ ਸ਼ਾਇਦ ਉਹ ਇੰਨਾ ਖੁਸ਼ ਨਾ ਹੁੰਦਾ। ਘਰ ਪੁੱਜਾ, ਉਸਦਾ ਢਿੱਡ ਆਫਰ ਰਿਹਾ ਸੀ ਤੇ ਇਹ ਅਫਰੇਵਾਂ ਤਦ ਤੀਕ ਨਹੀਂ ਸੀ ਹਟ ਸਕਦਾ ਜਦ ਤੀਕ ਉਹ ਆਪਣੀ ਰਚਨਾ ਕਿਸੇ ਨੂੰ ਸੁਣਾ ਨਾ ਲਵੇ। ਇਹੋ ਆਦਤ ਸੀ। ਪ੍ਰੀਤਮ ਕੌਰ ਇੱਕ ਨੁੱਕਰੇ ਬੈਠੀ ਭਾਂਡੇ ਮਾਂਜ ਰਹੀ ਸੀ। ਉਸਦੀਆਂ ਅੱਖਾਂ ਧਰਤੀ 'ਤੇ ਗੱਡੀਆਂ ਹੋਈਆਂ ਸਨ ਕਿਸੇ ਚਿੰਤਾ ਵਿੱਚ। ਮੰਜੇ 'ਤੇ ਬੈਠਦਿਆਂ ਹੀ ਕਵੀ ਨੇ ਬੁੱਲਾਂ ਵਿੱਚ ਮੁਸਕਰਾ ਕੇ ਪ੍ਰੀਤਮ ਕੌਰ ਨੂੰ ਆਵਾਜ਼ ਦਿੱਤੀ, ਉਰੇ ਆ ਜ਼ਰਾ, ਇਹ 2-4 ਵਰਕੇ ਸੁਣ ਲੈ। ਸੁਣ ਕੇ ਪ੍ਰੀਤਮ ਕੌਰ ਦੀ ਚਿੰਤਾ ਗੁੱਸੇ ਵਿੱਚ ਬਦਲ ਗਈ। ਉਹ ਖਿੱਜ ਕੇ ਬੋਲੀ, ਚੁੱਲ੍ਹੇ 'ਚ ਪਾਓ ਵਰਕਿਆਂ ਨੂੰ, ਤੁਹਾਡੀ ਤੇ ਉਹ ਗੱਲ ਇਹ ਅਖੇ, ਉਹ ਫਿਰੇ ਨੱਕ ਵਢਾਉਣ ਨੂੰ ਤੇ ਉਹ ਫਿਰੇ ਨੱਤ ਕਢਾਉਣ ਨੂੰ, ਉਹ ਫਿਰੇ ਨੱਥ ਕਢਾਉਣ ਨੂੰ। ਇੱਧਰ ਤਕਾਜ਼ੇ ਵਾਲਿਆਂ ਬੂਹੇ ਦੀਆਂ ਦਲੀਜ਼ਾਂ ਘਸਾ ਛੱਡੀਆਂ ਨੇ ਤੇ ਇਹਨਾਂ ਨੂੰ ਵਰਕੇ ਸੁੱਝਣ ਰਹੇ ਹੋਏ ਨੇ। ਪਹਿਲਾਂ ਮਕਾਨ ਵਾਲਾ 100-100 ਜ਼ਬਾਨਾਂ ਬੋਲ ਕੇ ਗਿਆ, ਫਿਰ ਹਟਵਾਣੀਏ ਦਾ ਮੁੰਡਾ ਆ ਮਰਿਆ। ਆਪ ਤੇ ਬਸ ਫੜੀ ਕਾਪੀ ਤੇ ਜਾ ਵੜੇ ਬਾਗਾਂ ਵਿੱਚ, ਸਿਆਪੇ ਸਾਰੇ ਮੇਰੀ ਜਾਨ ਜੋਗੇ ਨੇ। ਮੁੰਡਾ ਡਰਦਾ ਮਾਰਿਆ ਸਕੂਲੇ ਨਹੀਂ ਗਿਆ, ਵੱਡੇ ਵੇਲੇ ਦਾ ਫੀਸ ਦਾ ਪੁਆੜਾ। ਪਤਨੀ ਦੀ ਗੱਲ ਮੁੱਕਣ ਤੋਂ ਪਹਿਲਾਂ ਹੀ ਉਹ ਬੋਲ ਪਿਆ, ਉਹ ਭੋਲੀਏ ਕਾਹਨੂੰ ਫਿਕਰ ਕਰਨੀ ਹੈ, ਰੱਬ ਸਾਰੇ ਕੰਮ ਰਾਸ ਕਰੇਗਾ। ਆ ਉਰੇ ਤੈਨੂੰ ਕੁਛ ਸੁਣਾਵਾਂ, 1-2 ਵਰਕੇ ਸੁਣ ਕੇ ਹੀ ਤੇਰੇ ਸਾਰੇ ਫਿਕਰ ਦੂਰ ਹੋ ਜਾਣਗੇ। ਹੋਰ ਛਿੱਥੀ ਹੋ ਕੇ ਪ੍ਰੀਤਮ ਕੌਰ ਬੋਲੀ, ਰਤਾ ਪਹਿਲਾਂ ਆ ਜਾਣਾ ਸੀ ਨਾ, 2-2 ਵਰਕੇ ਸੁਣਾ ਕੇ ਸਾਰਿਆਂ ਦਾ ਕਰਜ਼ਾ ਲਾ ਦਿੰਦੇ। ਰਿੰਨਣ ਪਕਾਉਣ ਦੀ ਵੀ ਲੋੜ ਕੋਈ ਨਹੀਂ, 2-2 ਵਰਕੇ ਸੁਣਾ ਦੇਣੇ ਸਭਨਾਂ ਦੇ ਢਿੱਡ ਭਰ ਜਾਣਗੇ। ਕਵੀ ਨਿਰੁੱਤਰ ਹੋ ਗਿਆ, ਪਰ ਬੇਵੱਸ ਸੀ। ਸੁਣਾਏ ਬਿਨਾਂ ਉਸ ਲਈ ਨਿਠੱਲਿਆਂ ਬੈਠਣਾ ਔਖਾ ਸੀ। ਉਸਨੇ ਜਾ ਕੇ ਬਦੋ ਬਦੀ ਪ੍ਰੀਤਮ ਕੌਰ ਨੂੰ ਬਾਹੋਂ ਫੜ ਕੇ ਉਠਾਇਆ ਤੇ ਪਾਸ ਬਿਠਾਲ ਕੇ ਛੇਤੀ ਪੜ੍ਹਨ ਲੱਗਾ। ਉਸਦਾ ਖਿਆਲ ਸੀ ਕਿ ਸੁਣਦਿਆਂ ਹੀ ਪ੍ਰੀਤਮ ਕੌਰ ਆਸ਼ਾਸ਼ ਕਰ ਉੱਠੇਗੀ, ਤਾਰੀਫਾਂ ਦੇ ਪੁਲ ਬੰਨ ਦੇਵੇਗੀ। ਪਰ ਪ੍ਰੀਤਮ ਕੌਰ ਟਸ ਤੋਂ ਮਸ ਨਾ ਹੋਈ। ਡਰਾਮੇ ਦਾ ਪਲਾਟ ਕੀ ਸੀ? ਕਿਸੇ ਹੋਰ ਰੰਗ ਵਿੱਚ ਚਿੱਤਰੀ ਹੋਈ ਆਪਣੇ ਹੀ ਜੀਵਨ ਦੀ ਤਸਵੀਰ। ਪ੍ਰੀਤਮ ਕੌਰ ਦੇ ਹਿਰਖ ਵਿੱਚ ਹੋਰ ਵਾਧਾ ਹੋ ਗਿਆ। ਆਪਣੀ ਹਾਲਤ ਉਸ ਨੂੰ ਅਸਹਿ ਜਾਪਣ ਲੱਗੀ। ਉਹ ਅੱਧ ਵਾਟਿਓਂ ਹੀ ਛੱਡ ਕੇ ਭਰੇ ਹੋਏ ਦਿਲ ਨਾਲ ਉੱਠ ਗਈ। ਕਵੀ ਨੂੰ ਆਪਣੀ ਰਚਨਾ ਫਿੱਕੀ ਫਿੱਕੀ ਜਾਪਣ ਲੱਗੀ। ਡਰਾਮਾ ਇੱਕ ਰਸਾਲੇ ਵਿੱਚ ਛਪਿਆ ਤੇ ਜਿਸਨੇ ਪੜ੍ਹਨ ਸੁਣਨ ਵਾਲਿਆਂ ਨੂੰ ਤੜਪਾ ਦਿੱਤਾ। ਕਵੀ ਦੀ ਮਸ਼ਹੂਰੀ ਪਹਿਲਾਂ ਵੀ ਘੱਟ ਨਹੀਂ ਸੀ, ਪਰ ਉਸਦੀ ਇਹ ਰਚਨਾ ਤਾਂ ਅਦੁੱਤੀ ਸਾਬਤ ਹੋਈ। ਇੱਥੋਂ ਤੱਕ ਸ਼ੋਹਰਤ ਫੈਲੀ ਕਿ ਥੋੜ੍ਹੇ ਹੀ ਦਿਨਾਂ ਬਾਅਦ ਇੱਕ ਥੀਏਟਰ ਕੰਪਨੀ ਨੇ ਇਸ ਨੂੰ ਖਰੀਦ ਲਿਆ।
कवि दियां हुण पंजे उंगलां घिओ विच सन। उस नूं किसे नवीं दुनिया दे सुपने आउण लगे। स्टेज उत्ते ड्रामा उस दी उम्मीद नालों वध कामयाब होया। हुण कवि दे दिल दिमाग विच एक नवां भौजल मचना शुरू होया। इन्हीं दिनी देश विच टाकी फिल्म दा रिवाज नवां नवां चलिया सी। इस नाल कवि दी किस्मत ने पलटा खादा। वह कवि जिसने कदी एक मुठ 50 रुपये अपनी अखी नहीं सन वेखे, 20 रुपये रोज़ अर्थात 600 रुपये महीने ते बंबई दी एक सिनेमा कंपनी दे पास ड्रामा लेखक दी पदवी ते नस गया। थोड़े दिनों बाद वह टब्बर सने बंबई जा पुजा। कवि हुण एक खासा अमीर सी। उसदे रहण लई कोठी ते चढ़न लई मोटर सी, पर उसकी सोच उडारी हुण अरशी मंडलां तो उतर के बंद मकानां विच भंबल भूसे खांदी फिरदी सी। उसदे दिल दिमाग विच हुण प्रीति भोजना दी हिरस ते फैशनेबल परियां सन। कंपनी दे मालक वलों एक अजिही फिल्म स्टोरी लिखण दी फरमाइश पाई गई जिसका पलाट करुणा रस पूरत होवे पर उस विच हास रस भी चोखा होवे। सारे सीन एक दूजे तो चढ़दे होण पर बहुता खर्च करवाउण वाले भी ना होण। राजसी विचार उस विच उका ना होवे पर जापे देश प्रेम दा सोमा। अयाशी ना होवे पर थां थां इश्किया गजलां ते अध नंगे नाचां दे सीन आउणे चाहीदे हन। इस तों छुट घसुन मुक्की ते मार कुटाई भी खूब होवे। मुकदी गल के 54 दर्जे वालियां दे दिल परचावे दा पूरा पूरा समान होवे, पर इस गल दा भी ख्याल रख्या जावे कि पढ़े लिखे ते रज्जे पुजे लोकी भी फिल्म वेख के फड़क पैन। गोया कहानी पानमती दा पटारा होनी चाहीदी है। अज ओ वड्डे वेले उठदा ही मेज अगे बैठ गया। उसने दिल विच पक्का फैसला कर लिया कि भावें प्यो दे कुप्पे रुड़ जाण, कहानी पूरी कीते बिना अज उसने नहीं उठना। उसदे सामने अधूरे लिखे कागजां दा एक दब्बा मेज ते खिलरिया पिया सी। कदे किसे नूं फोलदा कदे किसे नूं, पर कोई भी दिल नूं जचदा नहीं सी। बिना हील हुज्जत पति नूं अपने आप ही अज लिखण बैठा वेख के प्रीतम कौर बड़ी खुश होई। वह अगे रोज़ घंटियां बद्धी उसनूं लिखण लई मजबूर करदी रहिंदी ते कदी तरह तरह के बहाने करके टाल छड्डिया करदा सी। उसने बालां नूं बाहर भेज दिता तां जो रौला पा के लिखारी दे काम विच विघन ना पाण ते आप दब्बे पैरीं जा के मेज दे दोही पासी मुशकंबर दियां बत्तियां तुखा आई। नाले बिजली दा पखा रता होर तेज़ करके कागतां उत्ते पेपर वेट रख दिते। पर कवि दी सोच उडारी तां इन्हीं दिनी डड टपोसियां ते आ पहुंची सी। दो गज उच्ची जा के फिर पुंजे आ पटकदी। कई घंटे वह इस तरह खपदा रहा पर व्यर्थ। वह छिथा हो के उठ खड़ोता, पब्बां भार हो के ते बाहां अकड़ा के एक दो आकड़ां उबासियां लईयां ते फिर कमरे विच टहलण लग पिया। बूटां दा खड़ाक सुन के प्रीतम कौर छेती नाल अंदर दौड़ी। अज उसदा दिल खुश सी जो पति देवता लगातार कई घंटे तो मेहनत कर रहे सन। पर कमरे विच वड़ के उसने जो कुछ डिठा उसने प्रीतम कौर नूं चकरा दिता। मेज दे हेठां चौही पासी मरुंडा होए कागजां दा ढेर लगा पिया सी ते उत्ते कई रिसाले ते किताबां खुलियां पईयां सन। राइटिंग पैड दा उतला केवल इक्को वर्का लिखिया होया सी पर ओह वी लीकां मार के रद्दी कीता होया। पति ने क्रोध भरिया इशारा करके पत्नी नूं बाहर कढ दिता। कचीची वट के ओह फिर लिखण बैठा। नवें सिरे नाटकां ते रिसालियां दी फूला फाली शुरू होई। बथेरे तोड़ जोड़ कीते पर काम सिरे चढ़ना तां किते रहा शुरू भी ना हो सकिया। अचानक ही उसनू एक होर जुगत सुझी। उसनू चेता आ गया उही अंग्रेजी फिल्म जिहड़ी पिछे जे उसने वेखी सी। बस ठीक है, थोड़ी जिही अदला बदली दी ही तां लोड़ है। सेठ भौंदू नू की पता लगना है, डायरैक्टर जे उसनू पता लगण दिया तां मैं लिखारी कादा, उसदा प्यो भी नहीं समझ सकेगा। इस तों बाद उसने दबा दब लिखना शुरू किया ते शाम तीक कम मुका लिया। माली ने गुलदस्ता तैयार कर लिया पर किसे होर बाग दे फुल चुरा के।
उसकी अपनी फुलवाड़ी विच तां फुल छड के पत्तर भी बाकी नहीं सी। कवि की एक कहानी स्क्रीन ते जाके चंगी रही, शोहरत भी मिली, पर उसके दिल नूं हर वेले धुड़कू लगा रहिंदा कि हुणे भेद खुलिया, हुणे नौकरियों जवाब मिलिया। एक दिन अपने लिखण कमरे विच बैठा वह इन्हां चिंता भरिया सोचां विच गुम सी कि इसे वेले नौकर ने उसनूं एक लिफाफा दिता। खोल के उसने पढ़िया, पढ़द्यां पढ़द्यां उसने उन्ने ही रंग बदले जितने चिट्ठी दे वाक। इसका मजमून इउं सी, अज तीक मेरे दिल विच तुहाडी बड़ी शरदा सी ते मैं समझदा सां कि तुसी एक चोटी दे लेखक हो, पर तुहाडी एक कहानी जद स्क्रीन ते वेखी तां मैनू अपनी मूर्खता उत्ते ही रंज होया, जो मैं कितना धोखे विच रहा। मलूम हुंदा है तुहाडियां अज तीक दियां रसालियां विच छपियां कवितावां ते ड्रामे भी किसे होर ही बदकिस्मत दी चराई होई पूंजी सन। कि मैं ये पेशी नगोई करन दा अधिकारी नहीं हाँ कि तुहाडी ये ठगी दी दुकान बहुते दिन नहीं चलेगी। बहुता की लिखा, अंत विच इतना ही कहिंदा हाँ कि रब तुहाडे उत्ते रहम करे ते तुहाडी चोरी दी आदत हट जावे। तुहाडा शुभ चिंतक। कवि दे चेहरे उत्ते मुरदे वन्नी छा गई, उसने चिट्ठी खीसे विच पा लई ते हथेली नाल सिर थम के डूंघियां सोचां विच डुब गया। इसे वेले प्रीतम कौर अंदर आई, उसने हाथ विच एक फैंसी कार्ड सी, उसदे हाथ विच एक फैंसी कार्ड सी। पति दा मोढा फड़ के बोली, मेरी सहेली मिस चंद्रावंती ने थिएटर दा पास भेजा है, चलोगे ना अज रात नूं? शिथा होके हाथ नाल उसनूं धक्कदा होया कवि बोलिया, चुल्हे च पा पास नूं, ओह फिरे नत्त कढ़ाण नूं ते ओह फिरे नक्क वढ़ाण नूं, इस नूं पासां दी पई होई है। पति दियां गल्लां दा असर कबूलण तों बिना ही प्रीतम कौर बोली, सचमुच बड़ा ही चंगा खेल है, वेखोगे ते खुश हो जाओगे। ते उसने कार्ड मेज ते रख दिता। कार्ड नूं टुकड़े टुकड़े करके एक पासे सुटदा होया कवि बोलिया, दफा कर परे, पास पास कूकण डई होई है, इत्थे जान नूं बणी होई है ते इस नूं पास पे सुझदे ने, एक तेरे पासा नहीं सारे कम सारने ने। के प्रीतम कौर हक्की बक्की हो के पति दे मूँह वल तकन लग पई। कंपनी दे स्टाफ नूं तनखाहां मिल रही सन, नोटां दियां थब्बियां नाल खीसे भरे जा रहे सन। मैनेजर ने ड्रामा नवीस दा नाम बोलिया ते 100-100 दे 6 नोट गिण के उसने मेज ते रखे, पर ड्रामा नवीस उत्थे नहीं सी। टैलीफोन दी घंटी वजी, मैनेजर रिसीवर नूं कन्न नाल ला के बोलिया, हैलो कित्थों बोलदे हो? रेलवे स्टेशन तो, तुहाडा ड्रामा नवीस, जल्दी आओ तनखाह लै जाओ। शुक्रिया मैं जा रहा हाँ। किधर? जिधरों आया सां। इसका मतलब? मतलब एहो कि मैं इस तनखाह दे लायक नहीं, ना ही ये तनखाह मेरे लायक है। क्यों? पर क्यों दे उत्तर विच दूजे पास्यों कोई नहीं बोलिया। कई वेर हुक दबाण तो बाद मैनेजर ने रिसीवर रख दिता।